ਚਾਰ ਸੈਂਕੜੇ ਬਰਾਬਰ ਡੈਸ਼ ਇਕਾਈਆਂ। ਅਸੀਂ ਜਾਣਦੇ ਹਾਂ ਇੱਕ ਸੈਂਕੜਾ ਬਰਾਬਰ 100 ਇਕਾਈਆਂ, ਇਸ ਲਈ ਚਾਰ ਸੈਂਕੜੇ ਬਰਾਬਰ 4 × 100 ਭਾਵ 400 ਇਕਾਈਆਂ, ਅਤੇ ਆਪਸ਼ਨ ED ਇਸ ਸਵਾਲ ਦਾ ਸਹੀ ਜਵਾਬ ਹੈ। ਅਵਨੀਤ ਦੇ ਘਰ ਦਾ ਨੰਬਰ 859 ਹੈ, ਦੱਸੋ ਅਵਨੀਤ ਦਾ ਘਰ ਕਿਹੜਾ ਹੈ? ਆਪਸ਼ਨ ਸੱਸਾ ਵਿੱਚ ਦਿਖਾਏ ਘਰ ਦਾ ਨੰਬਰ 859 ਹੈ, ਇਸ ਲਈ ਆਪਸ਼ਨ ਸੱਸਾ ਅਵਨੀਤ ਦਾ ਘਰ ਹੈ, ਅਤੇ ਆਪਸ਼ਨ ਸੱਸਾ ਹੀ ਇਸ ਸਵਾਲ ਦਾ ਸਹੀ ਜਵਾਬ ਹੈ। ਮੈਂ 2 ਅੰਕਾਂ ਦੀ ਸੰਖਿਆ ਹਾਂ, ਮੇਰਾ ਦਹਾਈ ਦਾ ਅੰਕ 21 ਦੇ ਅੰਕ ਤੋਂ ਅੱਧਾ ਹੈ, ਜੇਕਰ 21 ਦਾ ਅੰਕ 8 ਹੈ ਤਾਂ ਸੰਖਿਆ ਦੱਸੋ। ਦਿੱਤੇ ਗਏ ਸਵਾਲ ਵਿੱਚ 21 ਦਾ ਅੰਕ 8 ਦਿੱਤਾ ਹੈ ਅਤੇ ਦਹਾਈ ਦਾ ਅੰਕ 21 ਦੇ ਅੰਕ ਤੋਂ ਅੱਧਾ ਹੈ, ਇਸ ਤੋਂ ਭਾਵ ਦਹਾਈ ਦਾ ਅੰਕ 4 ਹੈ। ਇਸ ਤਰ੍ਹਾਂ ਸੰਖਿਆ 48 ਬਣਦੀ ਹੈ ਅਤੇ ਆਪਸ਼ਨ ਊੜਾ ਇਸ ਸਵਾਲ ਦਾ ਸਹੀ ਜਵਾਬ ਹੈ। ਹੇਠਾਂ ਦਿਖਾਏ ਵੱਖ ਵੱਖ ਕਾਰਡ ਦੀ ਵਰਤੋਂ ਨਾਲ ਬਣਨ ਵਾਲੀ ਸੰਖਿਆ ਦੱਸੋ। ਤਸਵੀਰ ਵਿੱਚ 100 ਦੇ 5 ਕਾਰਡ ਦਿਖਾਏ ਗਏ ਹਨ, ਇਸ ਲਈ ਸੈਂਕੜੇ ਦੇ ਸਥਾਨ ਦਾ ਅੰਕ 5 ਹੈ। 10 ਦਾ 1 ਕਾਰਡ ਦਿਖਾਇਆ ਗਿਆ ਹੈ, ਇਸ ਲਈ ਦਹਾਈ ਦੇ ਸਥਾਨ ਦਾ ਅੰਕ 1 ਹੈ, ਅਤੇ 1-1 ਦੇ 8 ਕਾਰਡ ਦਿਖਾਏ ਗਏ ਹਨ, ਇਸ ਲਈ 21 ਦੇ ਸਥਾਨ ਦਾ ਅੰਕ 8 ਹੈ, ਅਤੇ ਸੰਖਿਆ 518 ਬਣਦੀ ਹੈ। ਆਪਸ਼ਨ ਐਡਾ ਇਸ ਸਵਾਲ ਦਾ ਸਹੀ ਜਵਾਬ ਹੈ।